ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੌਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੇ ਪ੍ਰਾਈਮ ਟਾਈਮ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਟਰਾਂਸਪੋਰਟ ਮੰਤਰੀ ਬਣਦਿਆਂ ਹੀ ਰਾਜਾ ਵੜਿੰਗ ਦਾ ਵੱਡਾ ਐਕਸ਼ਨ ਵੱਡੇ ਘਰਾਣਿਆਂ ਦੀਆਂ ਪ੍ਰਾਈਵੇਟ ਬੱਸਾਂ ਨੂੰ ਝਟਕਾ ਪ੍ਰਾਈਵੇਟ ਬੱਸਾਂ ਨੂੰ ਝਟਕਾ ਦੇਣ ਦੀ ਤਿਆਰੀ ਕਰ ਲਈ ਆ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਪਹਿਲੀ ਮੀਟਿੰਗ ਦੇ ਦੌਰਾਨ ਹੀ ਰਾਜਾ ਵੜਿੰਗ ਨੇ ਬੱਸਾਂ ਦੇ ਟਾਈਮ ਟੇਬਲ ਬਦਲਣ ਦੇ ਹੁਕਮ ਦਿੱਤੇ ਨੇ ਉਹਨਾਂ ਨੇ ਅਫਸਰਾਂ ਨੂੰ ਕਿਹਾ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਨੂੰ ਦਿੱਤੇ ਮਲਾਈ ਦਾ ਟਾਈਮਸ ਨੂੰ ਨਜ਼ਰਸਾਨੀ ਕੀਤੀ ਜਾਵੇ ਦੱਸ ਦਈਏ ਹੁਣ ਤੱਕ ਮੀਡੀਆ ਵਿੱਚ ਚਰਚਾ ਚ ਰਹੀ ਕਿ ਵੱਧ ਸਵਾਰੀਆਂ ਵਾਲੇ ਜ਼ਿਆਦਾ ਟਾਈਮ ਪ੍ਰਾਈਵੇਟ ਬੱਸਾਂ ਨੂੰ ਦਿੱਤੇ ਗਏ ਨੇ ਉਹ ਪ੍ਰਾਈਵੇਟ ਬੱਸਾਂ ਰਸੂਖ ਵਾਲੀਆਂ ਹਨ ਇਸ ਲਈ ਕੋਈ ਅਫਸਰ ਟਾਈਮ ਟੇਬਲ ਨਾਲ ਛੇੜਛਾੜ ਨਹੀਂ ਕਰਨ ਦੀ ਹਿੰਮਤ ਰੱਖਦਾ ਰਾਜਾ ਵਣਿੰਗ ਨੇ ਪਹਿਲੀ ਹੀ ਮੀਟਿੰਗ ਵਿੱਚ ਸਪਸ਼ਟ ਕੀਤਾ ਕਿ ਟਾਈਮ ਟੇਬਲ ਬਦਲੇ ਜਾਣਗੇ ਸਰਕਾਰੀ ਬਸਾਂ ਨੂੰ ਸਹੀ ਟਾਈਮ ਦਿੱਤੇ ਜਾਣਗੇ। ਟਰਾਂਸਪੋਰਟ ਮੰਤਰੀ ਨੇ ਫੁਰਤੀ ਵਿਖਾਉਂਦਿਆਂ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਅਧਿਕਾਰੀਆਂ ਨੂੰ ਮੰਗਲਵਾਰ ਤੱਕ ਨਵੇਂ ਟਾਈਮ ਟੇਬਲ ਦੀਆਂ ਤਸਵੀਜ਼ਾਂ ਬਣਾ ਕੇ ਦੇਣ ਲਈ ਕਿਹਾ ਤਾਂ ਜੋ ਸਾਰੀਆਂ ਬਸਾਂ ਨੂੰ ਅੱਡਿਆਂ ਦੇ ਬਰਾਬਰ ਸਮਾਂ ਮਿਲ ਸਕੇ ਟਰਾਂਸਪੋਰਟ ਮੰਤਰੀ ਨੇ ਆਗਾਮੀ 2 ਦਿਨਾਂ ਦੇ ਵਿੱਚ ਸੂਬੇ ਦੇ ਬਸ ਸਟੈਂਡਾਂ ਤੇ ਹਰ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਹਟਾਉਣ ਦੇ ਲਈ ਵੀ ਕਿਹਾ। ਦੱਸ ਦਈਏ ਹੁਣ ਤੱਕ ਮੀਡੀਆ ਦੇ ਵਿੱਚ ਚਰਚਾ ਰਹੀ ਹੈ ਕਿ ਵੱਦ ਸਵਾਰੀਆਂ ਵਾਲੇ ਜ਼ਿਆਦਾ ਟਾਈਮ ਪ੍ਰਾਈਵੇਟ ਬੱਸਾਂ ਨੂੰ ਦਿੱਤੇ ਗਏ ਹਨ ਇਹ ਪ੍ਰਾਈਵੇਟ ਬੱਸਾਂ ਸਿਆਸੀ ਅਰ ਸੂਖ ਵਾਲੀਆਂ ਹੀ ਹਨ ਸੁਨੀਲ ਜਾਖੜ ਦਾ ਸਿੱਧੂ ਤੇ ਵੱਡਾ ਹਮਲਾ ਬੱਸ ਹੁਣ ਬਹੁਤ ਹੋ ਗਿਆ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਨਵਜੋਤ ਸਿੱਧੂ ਤੇ ਵੱਡਾ ਹਮਲਾ ਕਰਦਾ ਕਿਹਾ ਹੈ ਕਿ ਬੱਸ ਹੁਣ ਬਹੁਤ ਹੋ ਗਿਆ ਮੁੱਖ ਮੰਤਰੀ ਦੇ ਕੰਮ ਕਾਜ ਚੋਂ ਦਖਲ ਅੰਦਾਜ਼ੀ ਬੰਦ ਹੋਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਏਜੀ ਡੀਜੀਪੀ ਦੀ ਨਿਯੁਕਤੀ ਇਹ ਸਵਾਲ ਸੀਐਮ ਦੀ ਕਾਬਲੀਅਤ ਤੇ ਸਵਾਲ ਆ ਜਾਖੜ ਨੇ ਟਵੀਟ ਕਰਕੇ ਕੀਤਾ ਕਿ ਬਸ ਹੁਣ ਕਾਕਾ ਬਹੁਤ ਹੋ ਗਿਆ ਸੀਐਮ ਦੇ ਅਧਿਕਾਰ ਖੇਤਰ ਚ ਦਖਲ ਦੇਣ ਦੀਆਂ ਕੋਸ਼ਿਸ਼ਾਂ ਬੰਦ ਕਰੋ ਏਜੀ ਤੇ ਡੀਜੀਪੀ ਦੀ ਨਿਯੁਕਤੀ ਤੇ ਸਵਾਲ ਚੁੱਕਣ ਦਾ ਮਤਲਬ ਸੀਐਮ ਅਤੇ ਗ੍ਰਹਿ ਮੰਤਰੀ ਦੇ ਫੈਸਲੇ ਲੈਣ ਦੀ ਕਾਬਲੀਅਤ ਤੇ ਸਵਾਲ ਚੁੱਕਣਾ ਹੈ ਸਮਾਂ ਆ ਗਿਆ ਹੁਣ ਸਭ ਠੀਕ ਕੀਤਾ ਜਾਵੇ ਆਮਿਤ ਸ਼ਾਹ ਤੇ ਕੈਪਟਨ ਦੀ ਮੁਲਾਕਾਤ ਚਰਚਾ ਚ ਰਾਜਾ ਵੜਿੰਗਣੇ ਸਾਬਕਾ ਮੁੱਖ ਮੰਤਰੀ ਨੂੰ ਦਿੱਤੀ ਵੱਡੀ ਸਲਾਹ ਪੰਜਾਬ ਤੋਂ ਨਵੇਂ ਬਣੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਬਠਿੰਡਾ ਦੇ ਵਿੱਚ ਜ਼ੋਰਦਾਰ ਸਵਾਗਤ ਕੀਤਾ ਗਿਆ ਉਹਨਾਂ ਦੇ ਵੱਲੋਂ ਉੱਥੇ ਪੁਲਿਸ ਨੂੰ ਸਲਾਮੀ ਦਿੱਤੀ ਗਈ ਇਸ ਮੌਕੇ ਤੇ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮਿਲਣ ਤੋਂ ਪਹਿਲਾਂ ਕਾਂਗਰਸ ਪ੍ਰਧਾਨੀਏ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਮੀਟਿੰਗ ਕਰਕੇ ਆਗਿਆ ਲੈਣੀ ਚਾਹੀਦੀ ਸੀ ਉਹਨਾਂ ਨੇ ਕਿਹਾ ਕਾਂਗਰਸ ਨੇ 9.5 ਸਾਲ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਗੌਰ ਕਰਨਾ ਚਾਹੀਦਾ ਹੈ ਫਿਲਮ ਮੂਸਾ ਜੱਟ ਨੂੰ ਸੈਂਸਰ ਬੋਰਡ ਤੋਂ ਰੋਕ ਦੇਣ ਤੋਂ ਬਾਅਦ ਆਇਆ ਸਿੱਧੂ ਮੂਸੇਵਾਲੇ ਦਾ ਵੱਡਾ ਬਿਆਨ ਉਹਨਾਂ ਨੇ ਕਿਹਾ ਜੀ ਆਸਾਨੀ ਦੇ ਨਾਲ ਸਾਲ ਦੀ ਸਭ ਦੀ ਉਡੀਕ ਹੋਣ ਜਾਣ ਵਾਲੀ ਫਿਲਮਾਂ ਦੇ ਵਿੱਚੋਂ ਇੱਕ ਜਦੋਂ ਪੰਜਾਬੀ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਭਾਰਤ ਵਿੱਚ ਫਿਲਮ ਰਿਲੀਜ਼ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਪਹਿਲੀ ਵਾਰ ਅਦਕਾਰਦ ਬਿਆਨ ਲੈ ਕੇ ਆਏ ਨੇ ਉਹਨਾਂ ਨੇ ਸਮੂਹ ਦੇ ਤੇ ਜ਼ਿਕਰ ਕਰਦਿਆ ਕਿਹਾ ਹੈ ਕਿ ਕੁਝ ਕਹਾਣੀਆਂ ਅਪਲੋਡ ਕੀਤੀਆਂ ਚੋਟੀ ਦੇ ਕਲਾਕਾਰਾਂ ਨੇ ਕਿਹਾ ਇਹ ਪਹਿਲੀ ਵਾਰ ਨਹੀਂ ਜਦੋਂ ਉਹਨਾਂ ਨਾਲ ਅਜਿਹਾ ਹੋਇਆ ਜਦੋਂ ਉਹ ਉਹਨਾਂ ਨੇ ਆਪਣੀ ਗਾਇਕੀ ਕੈਰੀਅਰ ਸ਼ੁਰੂ ਕੀਤਾ ਸੀ ਬਹੁਤ ਸਾਰੀਆਂ ਰੁਕਾਵਟਾਂ ਨੂੰ ਪਿਆਰ ਕਰਨਾ ਪਿਆ ਸੀ ਕਿਸਮਤ ਆਪਣੇ ਆਪ ਨੂੰ ਦੁਹਰਾ ਰਹੀ ਹੈ ਜਦੋਂ ਉਹ ਪਹਿਲੀ ਫਿਲਮ ਰਿਲੀਜ਼ ਕਰ ਰਿਹਾ ਤਾਂ ਉਹ ਵੀ ਸਭ ਕੁਝ ਹੋ ਰਿਹਾ ਹੈ ਜਲੀਲ ਹੋ ਕੇ ਮੈਦਾਨ ਨਹੀਂ ਛੱਡਣਗੇ ਕੈਪਟਨ ਗਾਂਧੀ ਜੰਤੀ ਤੇ ਕਰਨਗੇ ਵੱਡਾ ਠਮਾਕਾ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਏ ਜਾਣ ਤੋਂ ਬਾਅਦ ਕੈਪਟਨ ਨੇ ਖੁਦ ਕਿਹਾ ਕਿ ਉਹ ਫੌਜੀ ਹਨ ਉਹ ਜਲੀਲ ਹੋ ਕੇ ਮੈਦਾਨ ਨਹੀਂ ਛੱਡਣਾ ਚਾਹੇ ਉਹ ਰਾਜਨੀਤੀ ਹੀ ਕਿਉਂ ਨਾ ਹੋਵੇ ਇਸ ਦਰਮਿਆਨ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਬਾਰੇ ਚਰਚਾਵਾਂ ਹਨ ਫਿਲਹਾਲ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਕੈਪਟਨ ਨੇ ਸਿੱਧਾ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਨਾ ਤਾਂ ਕੈਪਟਨ ਚਾਹੁੰਦੇ ਨੇ ਤੇ ਨਾ ਹੀ ਭਾਜਪਾ ਮੰਨਿਆ ਜਾ ਰਿਹਾ ਜੇਕਰ ਕੈਪਟਨ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਕਿਸਾਨਾਂ ਦੇ ਵਿੱਚ ਗਲਤ ਸੰਦੇਸ਼ ਜਾਵੇਗਾ ਕਿਸਾਨ ਸੋਚਣਗੇ ਕਿ ਕੈਪਟਨ ਨੇ ਉਹਨਾਂ ਨੂੰ ਆਪਣੀ ਰਾਜਨੀਤੀ ਲਈ ਵਰਤਿਆ ਹੈ ਜਲੰਧਰ ਦੇ ਲੋਕਾਂ ਦੀ ਜ਼ਰੂਰੀ ਖਬਰ 1 ਅਕਤੂਬਰ ਤੋਂ ਬਦਲ ਜਾਵੇਗਾ ਦਿੱਲੀ ਹਾਸ਼ਿਆਰਪੁਰ ਐਕਸਪ੍ਰੈਸ ਦਾ ਸਮਾਂ ਵੱਡੀ ਖਬਰਾਂ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਦੋਸਤੋ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਜਿਵੇਂ ਹੀ ਕਰੋਨਾ ਵਾਇਰਸ ਦਾ ਕਹਿਰ ਸ਼ਾਂਤ ਹੋਇਆ ਹੁਣ ਰੇਲ ਗੱਡੀਆਂ ਦਾ ਸੰਚਾਲਨ ਟਰੈਕ ਤੇ ਵਾਪਸ ਆਉਣਾ ਸ਼ੁਰੂ ਹੋ ਗਿਆ ਇਸੇ ਦੌਰਾਨ ਰੇਲਵੇ ਵੱਲੋਂ ਜਲੰਧਰ ਅਤੇ ਹੁਸ਼ਿਆਰਪੁਰ ਦੇ ਲੋਕਾਂ ਦੇ ਲਈ ਖੁਸ਼ਖਬਰੀ ਆਈ ਹੈ ਡੇਢ ਸਾਲ ਤੋਂ ਵੱਧ ਸਮੇਂ ਤੋਂ ਮਹਿੰਗੇ ਕਿਰਾਏ ਦੇ ਕੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ ਭਾਰਤੀ ਰੇਲਵੇ ਨੇ ਦਿੱਲੀ ਹੁਸ਼ਿਆਰਪੁਰ ਐਕਸਪ੍ਰੈਸ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ ਦਿੱਲੀ ਹੁਸ਼ਿਆਰਪੁਰ ਐਕਸਪ੍ਰੈਸ ਸਪੈਸ਼ਲ ਟ੍ਰੇਨ ਨੰਬਰ 04011 1 ਅਕਤੂਬਰ ਤੋਂ ਚਲਾਈ ਜਾ ਰਹੀ ਹੈ ਹਾਲਾਂਕਿ ਟ੍ਰੇਨ ਦੇ ਸਮੇਂ 'ਚ ਮਹੱਤਵਪੂਰਨ ਬਦਲਾਅ ਕੀਤੇ ਗਏ ਏ ਟ੍ਰੇਨ ਦਿੱਲੀ 5:25 ਦੀ ਬਜਾਏ ਸ਼ਾਮ 6:30 ਵਜੇ ਚੱਲੇਗੀ ਤੇ ਹਸ਼ਿਆਰਪੁਰ ਸਵੇਰੇ 5:35 ਤੇ ਪਹੁੰਚੇਗੀ। ਰੇਲ ਕੱਡੀ ਦਿੱਲੀ ਤੋਂ 1 ਘੰਟਾ ਲੇਟ ਜਾਵੇਗੀ ਇਹ ਟ੍ਰੇਨ ਦਾ ਰੂਟ ਆ। ਜੁਰਗਾ ਨੂੰ ਨਹੀਂ ਮਿਲ ਰਹੀ ਕਿਰਾਏ ਦੇ ਵਿੱਚ ਛੂਟ ਹੈ। ਅਮਰੀਕਾ ਦੇ ਵਿੱਚ ਗੈਂਸਟੇਸ਼ਨ ਤੇ ਕੰਮ ਕਰਦੇ 60 ਸਾਲਾ ਪੰਜਾਬੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਲੁਟੇਰੇ ਲੁੱਟ ਦੀ ਨੀਤ ਨਾਲ ਉਸ ਗੈਂਸਟੇਸ਼ਨ ਦੇ ਵਿੱਚ ਦਾਖਲ ਹੋਏ ਸਨ। ਗੁਰਦੁਆਰਾ ਸਾਹਿਬ ਮਥਾ ਟੇਕਣਾਇ ਕੈਬਨਿਟ ਮੰਤਰੀ ਰਾਜਾ ਵੜਿੰਗ ਦਾ ਕਿਸਾਨਾਂ ਨੇ ਕੀਤਾ ਵਿਰੋਧ ਵੱਡੀ ਖਬਰਾਂ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਦੋਸਤੋ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬਰ ਤੇ ਸ਼ੇਅਰ ਹੀ ਦੋਸਤੋ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਹਲਕਾ ਗੱਦੜਵਾਹ ਤੋਂ ਵਿਦਾਇਕ ਅਤੇ ਨਵ ਨਿਯੁਕਤ ਕੈਬਨਿਟ ਮੰਤਰੀ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਆਪਣੇ ਹਲਕਾ ਗੱਦੜਵਾਹ ਵਿੱਚ ਪਹਿਲੀ ਵਾਰ ਪੁੱਜੇ ਜਿੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਸਵਾਗਤ ਕੀਤਾ ਗਿਆ ਰਾਜਾ ਵੜਿੰਗ ਨੇ ਪਿੰਡ ਪਲਾਈਆਂ ਨਾਲ ਦੇ ਗੁਰਦੁਆਰਾ ਸ੍ਰੀ ਗੁਪਤ ਸਰ ਸਾਹਿਬ ਪੁੱਜੇ ਜਿੱਥੇ ਉਹਨਾਂ ਨੇ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ ਇਸ ਮੌਕੇ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਰਾਜਾ ਵੜਿੰਗ ਦਾ ਕਾਫਲਾ ਘੇਰ ਕੇ ਸਵਾਲ ਪੁੱਛੇ ਗਏ ਤੇ ਰਾਜਾ ਵੜਿੰਗ ਨੇ ਦ੍ਰਿੜਤਾ ਨਾਲ ਜਵਾਬ ਦਿੱਤੇ ਗੁਰਦੁਆਰਾ ਕਮੇਟੀ ਦੇ ਵੱਲੋਂ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਉਪਾਰੀ ਗਿਣਤੀ ਵਿੱਚ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਨਵੇਂ ਲੱਗ ਰਹੇ ਡਿਜੀਟਲ ਮੀਟਰ ਦੇ ਵਿੱਚ ਸੈਂਸਰ, SIM ਚਿਪ, ਕੈਮਰਾ ਤੋਂ ਇਲਾਵਾ ਹੈ ਵੱਡਾ ਸਿਸਟਮ ਪੰਜਾਬ ਸਰਕਾਰ ਦੇ ਵੱਲੋਂ ਕਾਂਗਰਸ ਸਰਕਾਰ ਦੇ ਲਗਾਤਾਰ ਵੱਡੇ ਐਲਾਨ ਕੀਤੇ ਜਾ ਰਹੇ ਨੇ ਉੱਤੀ ਪਿੰਡਾਂ ਦੇ ਵਿੱਚ ਬਿਜਲੀ ਦੇ ਮੀਟਰਾਂ ਨੂੰ ਲੈ ਕੇ ਕਈ ਐਲਾਨ ਨੇ ਉਸ ਸਮੇਂ ਪਿੰਡਾਂ ਦੇ ਵਿੱਚ ਤਾਜੂ ਕ ਵਿੱਚ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਬਿਜਲੀ ਬੋਰਡ ਵੱਲੋਂ ਪਿੰਡ ਵਾਟਰ ਵਰਕਸ ਟੈਂਕੀ ਦੇ ਡਿਜੀਟਲ ਮੀਟਰ ਦਾ ਪਤਾ ਲੱਗਾ ਤਾਂ ਪਿੰਡ ਵਾਸੀਆਂ ਨੇ ਇਕੱਠਾ ਹੋ ਕੇ ਤਾਪਾ ਬਿਜਲੀ ਬੋਰਡ ਦੇ ਵਿੱਚ ਉੱਤਰ ਅਧਿਕਾਰੀਆਂ ਨੂੰ ਵਾਟਰ ਵਰਕਸ ਵਿੱਚ ਲੱਗੇ ਬਿਜਲੀ ਦੇ ਮੀਟਰ ਪੁੱਟ ਲੈ ਆਉਣ ਦੀ ਚੇਤਾਵਨੀ ਦਿੱਤੀ ਪਿੰਡ ਵਾਸੀਆਂ ਨੇ ਕਿਹਾ ਕਿ ਤਾਜੂ ਕ ਵਿੱਚ ਲੱਗ ਰਹੀ ਵਾਟਰ ਵਰਕਰਸ ਦੀ ਪਾਣੀ ਦੀ ਸਹੂਲਤ ਪਿੰਡ ਦੇ 3000 ਪਰਿਵਾਰਕ ਮੈਂਬਰ ਰਹਿੰਦੇ ਨੇ ਸੈਂਕੜੇ ਕਿਸਾਨ ਮਜ਼ਦੂਰਾਂ ਨੇ ਪਿੰਡ ਵਾਸੀਆਂ ਨੇ ਨੌਜਵਾਨਾਂ ਨੇ ਪੰਜਾਬ ਕਾਂਗਰਸ ਸਰਕਾਰ ਦੇ ਬਿਜਲੀ ਬੋਰਡ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰਦਾ ਕਿਹਾ ਹੈ ਕਿ ਇੱਕ ਪਾਸੇ ਤਾਂ ਪੰਜਾਬ ਦੀ ਚੁਣੀ ਸਰਕਾਰ ਕਹਿੰਦੀ ਹੈ ਕਿ ਪਿੰਡਾਂ ਦੇ ਵਿੱਚ ਬਿਜਲੀ ਬਿੱਲ ਮਾਫ ਕਰ ਦੇਵੇਗੀ ਤੇ ਕਿਸਾਨ ਪਿੰਡ ਵਾਸੀਆਂ ਨੂੰ ਬਿਜਲੀ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ ਦੂਜੇ ਪਾਸੇ ਭਾਰਤ ਬੰਦ ਦੌਰਾਨ ਦਰਨੇ ਦੇ ਬੈਠੇ ਹੁਣ ਦੇ ਚੱਲਦੇ ਬਿਜਲੀ ਬੋਰਡ ਨੇ ਚੋਰੀ ਚਪੀਤੇ ਪਿੰਡਾਂ ਦੇ ਵਿੱਚ ਡਿਜੀਟਲ ਮੀਟਰ ਲਾ ਕੇ ਸ਼ਰਿਆਮ ਤੱਕਾ ਕਰ ਰਿਹਾ ਹੈ। ਹਿਮਾਚਲ ਦੇ ਬਾਡਰ ਤੇ ਮੁੜ ਹੋਏ ਸੀਲ ਹੁਣ ਇਹਨਾਂ ਸ਼ਰਤਾਂ ਤੇ ਮਿਲੇਗੀ ਐਂਟਰੀ। ਗੱਡੀਆਂ ਬੇਰੋਕ ਟੋਕ ਹਿਮਾਚਲ ਦੇ ਵਿੱਚ ਦਾਖਲ ਹੋ ਰਹੀਆਂ ਨੇ ਪਰ ਹਿਮਾਚਲ ਵਿੱਚ ਕਰੋਨਾ ਦੁਬਾਰਾ ਆਪਣਾ ਪੈਰ ਫੈਰਨ ਲੱਗ ਪਿਆ ਜਿਸ ਕਰਕੇ ਤਿੰਨ ਲੋਕਾਂ ਦੀ ਕਰੋਨਾ ਨਾਲ ਮੌਤ ਹੋਣ ਤੋਂ ਬਾਅਦ ਸਰਕਾਰ ਨੇ ਹਿਮਾਚਲ ਦੇ ਬਾਡਰ ਤੋਂ ਫਿਰ ਤੋਸੀਲ ਕਰ ਦਿੱਤਾ ਤੇ ਨਵੇਂ ਹੁਕਮਾਂ ਮੁਤਾਬਕ ਬਾਡਰ ਤੋਂ ਦਾਖਲ ਹੋਣ ਵਾਲਿਆਂ ਨੂੰ ਕਰੋਨਾ ਵੈਕਸੀਨੇਸ਼ਨ ਦੀ ਡਬਲ ਡੋਜ਼ ਦਾ ਸਰਟੀਫਿਕੇਟ ਤੇ ਕਰੋਨਾ ਦੀ 네ਗੇਟਿਵ ਰਿਪੋਰਟ ਵਿਖਾਉਣੀ ਜ਼ਰੂਰੀ ਹੋਵੇਗੀ ਇਸ ਲਈ ਹਿਮਾਚਲ ਜਾਣ ਵਾਲੇ ਲੋਕ ਸਾਵਧਾਨ ਹੋ ਜਾਣ ਕਿਉਂਕਿ ਬਿਨਾ ਕਰੋਨਾ ਰਿਪੋਰਟ ਦੇ ਜਾਣ ਵਾਲੇ ਲੋਕਾਂ ਨੂੰ ਹਿਮਾਚਲ ਦੇ ਬਾਰਡਰਾਂ ਤੇ ਸਖਤ ਪਾਬੰਦੀ ਹੋਣ ਦੇ ਕਾਰਨ ਐਂਟਰੀ ਨਹੀਂ ਮਿਲੇਗੀ ਕਾਨੂੰਨ ਬਣਾ ਕੇ ਵੀ ਨਹੀਂ ਖੋ ਸਕਦੇ ਅਦਾਲਤ ਦੀ ਮਾਨਹਾਨੀ ਦੀ ਸ਼ਕਤੀ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਅਦਾਲਤ ਦੀ ਮਾਨਹਾਨੀ ਦੀ ਸ਼ਕਤੀ ਕਾਨੂੰਨ ਬਣਾ ਕੇ ਵੀ ਨਹੀਂ ਖੋਈ ਜਾ ਸਕਦੀ ਇਸ ਨਾਲ ਸੁਪਰੀਮ ਕੋਰਟ ਨੇ ਅਦਾਲਤ ਨੂੰ ਨਾਰਾਜ਼ ਕਰਨ ਦਾ ਅਤੇ ਧਮਕਾਉਣ ਲਈ 25 ਲੱਖ ਰੁਪਏ ਜਮ੍ਹਾਂ ਨਾ ਕਰਵਾਉਣ ਲਈ ਗੈਰ ਸਰਕਾਰੀ ਸੰਗਠਨ ਸੂਰਾਜ ਇੰਡੀਆ ਟਰਸਟ ਦੇ ਪ੍ਰਧਾਨ ਰਜੀਵ ਦਈਆ ਨੂੰ ਮਾਨ ਹਾਨੀ ਦਾ ਦੋਸ਼ੀ ਠਹਿਰਾਇਆ ਸੁਪਰੀਮ ਕੋਰਟ ਨੇ ਕਿਹਾ ਸਾਡਾ ਮੰਨਣਾ ਹੈ ਕਿ ਮਾਨ ਹਾਨੀ ਕਰਨ ਵਾਲਾ ਸਖਸ਼ ਸਪਸ਼ਟ ਤੌਰ ਤੇ ਅਦਾਲਤ ਦੀ ਮਾਨ ਹਾਨੀ ਦਾ ਦੋਸ਼ੀ ਹੈ ਅਦਾਲਤ ਨੂੰ ਨਾਰਾਜ਼ ਕਰਨਾ ਦੇ ਉਸ ਦੇ ਕਦਮ ਨੂੰ ਸਵਕਾਰ ਨਹੀਂ ਕੀਤਾ ਜਾ ਸਕਦਾ ਸਾਬਕਾ ਮੁੱਖ ਮੰਤਰੀ ਕੈਪਟਨ ਮੋਰਿੰਦਰ ਸਿੰਘ ਨੇ ਆਪਣੇ ਟਵਿੱਟਰ ਹੈਂਡਲ ਤੋਂ ਹਟਾਇਆ ਕਾਂਗਰਸ ਸ਼ਬਦ ਪੰਜਾਬ ਕਾਂਗਰਸ ਦੇ ਵਿੱਚ ਮਾਚੇ ਕਸਮਾਨ ਤੋਂ ਬਾਅਦ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਅੱਜ ਨਿੱਜੀ ਚੈਨਲ ਨੂੰ ਦੇ ਉੱਤੇ ਇੰਟਰਵਿਊ ਦੇ ਵਿੱਚ ਸਪਸ਼ਟ ਕਰ ਦਿੱਤਾ ਕਿ ਉਹ ਕਾਂਗਰਸ ਦੇ ਵਿੱਚ ਨਹੀਂ ਰਹਿਣਗੇ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਕਾਂਗਰਸ ਦਾ ਸ਼ਬਦ ਵੀ ਹਟਾ ਦਿੱਤਾ ਹੈ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਕਾਂਗਰਸ ਦੀ ਥਾਂ ਤੇ ਫੌਜ ਅਤੇ ਜੋਧਾ ਤੇ ਪੰਜਾਬ ਦਾ ਇੱਕ ਸਾਬਕਾ ਮੁੱਖ ਮੰਤਰੀ ਲਿਖਿਆ ਦੱਸਦੀ ਹੈ ਕੈਪਟਨ ਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਯਾਨੀ ਕਿ ਕੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਕਾਂਗਰਸ ਦੇ ਵਿੱਚ ਹਲਚਲ ਤੇਜ਼ ਹੋ ਗਈ ਸੀ ਪੰਜਾਬ ਪੁਲਿਸ ਦੇ ਵਿੱਚ ਕੌਨਸਟੇਬਲ ਅਤੇ ਸਬ ਇੰਸਪੈਕਟਰਾਂ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਵਧੀ ਪੰਜਾਬ ਪੁਲਿਸ ਦੇ ਵਿੱਚ ਕੌਨਸਟੇਬਲ ਤੇ ਸਬ ਇੰਸਪੈਕਟਰ ਦੀਆਂ ਕੁੱਲ 2607 ਅਸਾਮੀਆਂ ਦੀ ਭਰਤੀ ਲਈ ਅਰਜੀ ਤੇ ਆਖਰੀ ਤਰੀਕ ਵਧਾ ਦਿੱਤੀ ਹੈ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ punjabpolice.gov.in ਤੇ ਜਾਰੀ ਅਪਡੇਟਸ ਦੇ ਅਨੁਸਾਰ ਤਕਨੀਕੀ ਅਤੇ ਸਹਾਇਤਾ ਸੇਵਾਵਾਂ ਕਾਡਰ 2021 ਵਿੱਚ ਸਬ ਇੰਸਪੈਕਟਰ ਅਤੇ ਕਾਂਸਟੇਬਲ ਦੇ ਅਹੁਦੇ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 10 ਅਕਤੂਬਰ 2021 ਦੀ ਰਾਤ 23:45 ਤੱਕ ਕਰ ਦਿੱਤੀ ਹੈ। ਕੇਜਰੀਵਾਲ ਨੇ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ ਸੋ ਕੇਜਰੀਵਾਲ ਨੇ ਪੰਜਾਬੀਆਂ ਲਈ ਅੱਜ ਵੱਡੇ ਐਲਾਨ ਕੀਤੇ ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਹਰੇਕ ਵਿਅਕਤੀ ਨੂੰ ਮੁਫਤ ਅਤੇ ਵਧੀਆ ਇਲਾਜ ਦਿੱਤਾ ਜਾਵੇਗਾ ਸਾਰੀਆਂ ਦਵਾਈਆਂ ਤੇ ਸਾਰੇ ਟੈਸਟ ਆਪਰੇਸ਼ਨ ਮੁਫਤ ਹੋਣਗੇ ਕੇਜਰੀਵਾਲ ਨੇ ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਜਿਸ ਤਰੀਕੇ ਨਾਲ ਦਿੱਲੀ ਦੇ ਲੋਕਾਂ ਨੂੰ ਮੁਫਤ ਅਤੇ ਵਧੀਆ ਲਾਜ ਦਿੱਤਾ ਜਾ ਰਿਹਾ ਹੈ ਉਸੇ ਤਰੀਕੇ ਦੇ ਨਾਲ ਜੇਕਰ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬੰਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਵਧੀਆ ਤੇ ਮੁਫਤ ਲਾਜਮ ਹਈਆ ਕਰਵਾਇਆ ਜਾਵੇਗਾ ਉਹ ਉੱਥੇ ਹੀ 10 ਤੋਂ 20 ਲੱਖ ਦਾ ਆਪਰੇਸ਼ਨ ਮੁਫਤ ਕਰਵਾਇਆ ਜਾਵੇਗਾ ਇਸ ਮੌਕੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਦੇਸ਼ ਦੀ ਰਾਜਨੀਤੀ ਦੀ ਦਸ਼ਾ ਬਦਲਣਾ ਚਾਹੁੰਦੇ ਨੇ 6 ਗਰੰਟੀਆਂ ਦਾ ਐਲਾਨ ਕੀਤਾ ਦੀ ਪੰਜਾਬ ਦੇ ਵਿੱਚ ਹਰ ਕਿਸੇ ਨੂੰ ਮੁਫਤ ਲਾਜ ਮਿਲੇਗਾ ਦਵਾਈਆਂ ਟੈਸਟ ਇਲਾਜ ਸਭ ਕੁਝ ਮੁਫਤ ਹੋਵੇਗਾ ਪੰਜਾਬ ਦਾ ਇੱਕ ਹੈਲਥ ਕਾਰਡ ਜਾਰੀ ਹੋਵੇਗਾ ਪੰਜਾਬ ਵਿੱਚ 16000 ਪਿੰਡਾਂ 'ਚ ਕਲੀਨਿਕ ਖੋਲੇ ਜਾਣਗੇ ਸਰਕਾਰੀ ਹਸਪਤਾਲਾਂ ਨੂੰ ਠੀਕ ਕੀਤਾ ਜਾਵੇਗਾ ਵੱਡੇ ਪੱਧਰ ਤੇ ਨਵੇਂ ਸਰਕਾਰੀ ਹਸਪਤਾਲ ਖੋਲੇ ਜਾਣਗੇ ਐਕਸੀਡੈਂਟ ਤੇ ਪੀੜਤਾਂ ਲਈ ਇਲਾਜ ਜਿਹੜਾ ਉਹ ਸਰਕਾਰ ਮੁਫਤ ਕਰਵਾਏਗੀ ਸਟਾਰ ਡ੍ਰੈਗ ਫਲਿੱਕਰ ਰੁਪਿੰਦਰਪਾਲ ਸਿੰਘ ਨੇ ਅੰਤਰਰਾਸ਼ਟਰੀ ਹਾਕੀ ਨੂੰ ਕਿਹਾ ਹਲਵਿਦਾਨ 올림픽 ਕਾਂਸੀ ਤਗਮਾ ਜੇਤੂ ਭਾਰਤੀ ਹਾਕੀ ਟੀਮ ਦੇ ਸਟਾਰ ਡ੍ਰੈਗ ਫਲਿੱਪ ਕਰ ਰੁਪਿੰਦਰਪਾਲ ਸਿੰਘ ਨੇ ਨੌਜਵਾਨ ਵਾਲੀ راہ ਪੱਧਰਾ ਕਰਨ ਦੀ ਕੋਸ਼ਿਸ਼ ਦੇ ਤੰਤਰਾਸ਼ਟਰੀ ਹਾਕੀ ਤੋਂ ਤੁਰੰਤ ਪ੍ਰਭਾਵ ਦੇ ਨਾਲ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ 30 ਸਾਲਾਂ ਰੁਪਿੰਦਰ ਸਿੰਘ ਨੇ ਭਾਰਤ ਦੇ ਲਈ 223 ਮੈਚ ਖੇਡੇ ਉਹ ਭਾਰਤੀ ਟੀਮ ਦਾ ਹਿੱਸਾ ਸੀ ਜਿਸ ਨੇ 41 ਸਾਲਾਂ ਬਾਅਦ ਟੋਕੀਓ 올림픽ਸ ਦੇ ਵਿੱਚ ਮੈਡਲ ਜਿੱਤਿਆ ਰੁਪਿੰਦਰ ਨੇ ਆਪਣੇ ਟਵਿੱਟਰ ਹੈਂਡਲ ਤੇ ਲਿਖਿਆ ਮੈਂ ਤੁਹਾਨੂੰ ਭਾਰਤੀ ਹਾਕੀ ਟੀਮ ਤੋਂ ਸੰਨਿਆਸ ਲੈਣ ਲਈ ਆਪਣੇ ਫੈਸਲੇ ਬਾਰੇ ਦੱਸਣਾ ਚਾਹੁੰਦਾ ਪਿਛਲੇ ਕੁਝ ਮਹੀਨੇ ਮੇਰੀ ਜ਼ਿੰਦਗੀ ਦੇ ਸਰਬਉੱਤਮ ਰਹਨੇ ਟੋਕੀਓ ਵਿਚ ਮੈਂ ਆਪਣੀ ਟੀਮ ਦੇ ਨਾਲ ਮੰਚ ਤੇ ਖੜੇ ਹੋਣ ਦੇ ਤਜਰਬੇ ਨੂੰ ਮੈਂ ਜ਼ਿੰਦਗੀ ਭਰ ਕਦੇ ਨਹੀਂ ਭੁੱਲਾਂਗਾ ਜੋ ਮੈਂ ਭਾਰਤ ਲਈ ਖੇਡਦੇ ਹੋਏ ਪਿਛਲੇ 13 ਸਾਲਾਂ ਤੋਂ ਅਨੁਭਵ ਕਰ ਰਿਹਾ ਹਾਂ ਮੈਂ ਭਾਜਪਾ ਚੋਂ ਨਹੀਂ ਜਾ ਰਿਹਾ ਪਰ ਕਾਂਗਰਸ ਛੱਡ ਰਿਹਾ ਹਾਂ ਕਿਉਂਕਿ અપਮਾਨ ਮੇਥੋਂ ਤਾਂ ਸੈਨ ਨਹੀਂ ਹੁੰਦਾ ਕੈਪਟਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਸਾਫ਼ ਕਰ ਦਿੱਤਾ ਕਿ ਭਾਜਪਾ ਵਿੱਚ ਹਾਲੇ ਨਹੀਂ ਸ਼ਾਮਲ ਹੋ ਰਹੇ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਕਾਂਗਰਸ ਦੇ ਵਿੱਚ ਵੀ ਨਹੀਂ ਰਹਿਣਗੇ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਉਹ ਜਲਦੀ ਕਾਂਗਰਸ ਛੱਡਣ ਵਾਲੇ ਨੇ ਉਹਨਾਂ ਨੇ ਕਿਹਾ ਜੀ ਹੋਰ ਬੇਇੱਜ਼ਤੀ ਸੈ ਨਹੀਂ ਹੁੰਦੀ ਜੀ ਨੂੰ ਕੁਝ ਹੁੰਦਾ ਹੈ ਕੈਪਟਨ ਮਰਿੰਦਰ ਨੇ ਕਿਹਾ ਕਿ 50 ਸਾਲਾਂ ਬਾਅਦ ਮੇਰੀ ਭਰੋਸੇਯੋਗਤਾ ਤੇ ਸ਼ੱਕ ਕੀਤਾ ਜਾ ਰਿਹਾ ਮੈਂ ਸੈ ਨਹੀਂ ਸਕਦਾ ਇਸ ਤੋਂ ਪਹਿਲਾਂ ਕੈਪਟਨ ਮਰਿੰਦਰ ਨੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਨਾਲ ਮੁਲਾਕਾਤ ਕੀਤੀ ਸੀ ਅੰਤ੍ਰ임 ਜ਼ਮਾਨਤ ਤੋਂ ਬਾਅਦ ਗੁਰਦਾਸ ਮਾਨ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ ਰੈਗੂਲਰ ਜ਼ਮਾਨਤ ਦੇ ਦਿੱਤੀ ਗਈ ਹੈ 10 ਦਿਨ ਪਹਿਲਾਂ ਹਾਈ ਕੋਰਟ ਨੇ ਗੁਰਦਾਸ ਮਾਨ ਨੂੰ ਅੰਤ੍ਰ임 ਜਮਾਨਤ ਦੇ ਦਿੱਤੀ ਸੀ ਨਕੂਦਰ ਦੇ ਵਿੱਚ ਆਪਣੇ ਪ੍ਰੋਗਰਾਮ ਦੇ ਦੌਰਾਨ ਗੁਰਦਾਸ ਮਾਨ ਨੇ ਸਾਈ ਲਾਡੀਸ਼ਾ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ ਦੱਸਿਆ ਸੀ ਸਿੱਖ ਭਾਈ ਜਾ ਰਹੇ ਨੇ ਇਸ ਦਾ ਸਖਤ ਵਿਰੋਧ ਕੀਤਾ ਸੀ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਪੰਜਾਬੀਆਂ ਨੂੰ ਤੋਹਫ਼ਾ 1,65,000 ਪ੍ਰਵਾਸੀਆਂ ਨੂੰ ਪੱਕਾ ਕਰੇਗੀ ਸਰਕਾਰ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਪੰਜਾਬੀਆਂ ਨੂੰ ਵੱਡਾ ਤੋਹਫ਼ਾ ਮਿਲਿਆ ਦਰਅਸਲ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਮਾਈਗ੍ਰੇਟਸ ਨੂੰ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਜਿਸ ਦੇ ਤਹਿਤ 165000 ਕੱਚੇ ਮਾਈਗ੍ਰੈਂਟਸ ਨੂੰ ਨਿਊਜ਼ੀਲੈਂਡ ਦੇ ਵਿੱਚ ਪੱਕੀ ਨਾਗਰਿਕਤਾ ਦਾ ਰਾਹ ਖੁੱਲ ਜਾਵੇਗਾ 1200 ਡਾਲਰ ਪ੍ਰਤੀ ਘੰਟਾ ਕੰਮ ਤੁਸੀਂ ਉੱਥੇ ਕਰ ਸਕਦੇ ਹੋ ਚੀਨ ਦੀ ਫੌਜ ਤੋਂ ਟਾਪਾਈ ਚੀਨ ਦੀ ਫੌਜ ਫਿਰ ਟਾਪਾਈ ਭਾਰਤ ਵੱਡਰ ਉੱਤਰਾਖੰਡ ਤੋਂ ਦਾਖਲ ਹੋ ਕੇ ਤੋੜਤਾ ਭਾਰਤ ਦਾ ਪੁਲ ਸਰਹੱਦੀ ਵਿਵਾਦ ਨੂੰ ਲੈ ਕੇ ਆਪਣੀਆਂ ਹਰਕਤਾਂ ਤੋਂ ਚੀਨ ਬਾਜ਼ ਨਹੀਂ ਆ ਰਿਹਾ ਇੱਕ ਪਾਸੇ ਵਿਵਾਦ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਗੱਲ ਹੈ ਦੂਜੇ ਪਾਸੇ ਉਹ ਕੋਸਪੈਟ ਹੈ ਕਰਨੀ ਨਹੀਂ ਛੱਡ ਰਿਹਾ ਤਾਜ਼ਾ ਕੜਨਾ ਉੱਤਰਾਖੰਡ ਦੇ 12 ਹੋਤੀ ਸੈਕਟਰ ਦੇ ਸਰਹੱਦ ਦੀ ਹੈ ਜਿੱਥੇ ਪਿਛਲੇ ਮਹੀਨੇ 10 ਚੀਨੀ ਸੈਨਿਕਾਂ ਨੇ ਅਸਲ ਕੰਟਰੋਲ ਰੇਖਾ ਪਾਰ ਕੀਤੀ ਸੀ ਇਹ ਜਾਣਕਾਰੀ ਹੁਣ ਸਾਹਮਣੇ ਆਈ ਹੈ ਪੀਟੀਆਈ ਦੇ ਸੂਤਰਾਂ ਦੇ ਅਨੁਸਾਰ ਫੌਜ ਨੇ ਕੋਸਪੈਟ ਕੀਤੀ 3 ਘੰਟੇ ਉੱਥੇ ਰਹਿਣ ਤੋਂ ਬਾਅਦ ਚਾਚੂ ਬਣਾ ਕੇ ਵਾਪਸ ਪਰਤਾ ਹੈ ਇਹ ਜਵਾਬ ਦਿੰਦੇ ਹੋਏ ਭਾਰਤੀ ਜਵਾਨਾਂ ਨੇ ਵੀ ਗਸ਼ਤ ਕੀਤੀ ਹਾਲਾਂਕਿ ਚੀਨੀ ਕੋਸਪੈਟ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਆਈ ਮੀਡੀਆ ਰਿਪੋਰਟਾਂ ਦੇ ਅਨੁਸਾਰ ਘੋੜੇ ਤੇ ਸਵਾਰ ਚੀਨੀ ਸੈਨਿਕਾਂ ਨੇ ਭਾਰਤੀ ਸਰਹੱਦ ਵਿੱਚ ਦਾਖਲ ਹੋ ਕੇ ਵਾਪਸੀ ਤੋ ਪਹਿਲਾ ਇੱਕ ਪੁਲ ਨੂੰ ਬਾਹਰ ਬਨਾਲ ਤੋੜ ਦਿੱਤਾ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਚਾਂਦੀ ਨੇ ਵੀ ਵਿਖਾਇਆ ਵਾਧਾ ਬੁੱਧਵਾਰ ਨੂੰ ਕੌਮੀ ਰਾਜਸਥਾਨੀ ਦੇ ਵਿੱਚ ਸੋਨੇ ਦੀਆਂ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਕਾਫੀ ਤੇਜ਼ੀ ਦੇਖਣ ਨੂੰ ਮਿਲੀ 264 ਰੁਪਏ ਦਾ ਵਾਧਾ ਹੋ ਗਿਆ ਇਸ ਦੀ ਕੀਮਤ ਵਧ ਕੇ 45123 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਚਾਂਦੀ ਦੀ ਕੀਮਤਾਂ ਦੇ ਵਿੱਚ ਵੀ ਵਾਧਾ ਹੋਇਆ ਭਾਰਤ ਕੇਂਦ੍ਰਿਤ ਅੰਤਰਰਾਸ਼ਟਰੀ ਫੰਡਾਂ TFJ ਤੋਂ 0.55 ਬਿਲੀਅਨ ਡਾਲਰ ਵੀ ਕੱਢੇ ਗਏ ਨੇ ਪੰਜਾਬ ਸਰਕਾਰ ਲਈ ਝੋਨੇ ਦੀ ਖਰੀਦ ਵੱਡੀ ਚੁਣੌਤੀ ਭਾਰਤ ਖੇਤੀਬਾੜੀ ਆਸ਼ੂ ਦੇ ਵੱਲੋਂ ਸਖਤ ਹੁਕਮ ਜਾਰੀ ਮਹੀਨੇ بارش ਮੀਂਹ ਹਨੇਰੀ ਦੇ ਕਰਕੇ ਕਈ ਇਲਾਕਿਆਂ 'ਚ ਝੋਨੇ ਦੇ ਕਾਲੇ ਦਾਣੇ ਪੈ ਗਏ ਹਨ ਜਿਸ ਦਾ ਕਿਸਾਨਾਂ ਨੂੰ ਫਿਕਰ ਹੈ ਮੰਡੀਆਂ ਦੇ ਵਿੱਚ ਰੁਲਣਾ ਪੈ ਸਕਦਾ ਹੈ ਇਸ ਦੇ ਨਾਲ ਪੱਕਾ ਫੈਸਲਾ ਪਾਕੀਆਂ ਨੇ ਪਰ ਮੌਸਮ ਹਾਲੇ ਵੀ ਖਰਾਬ ਚੱਲ ਰਿਹਾ ਹੈ ਉਧਰ ਚੋਣਵਾਰਾ ਹੋਣ ਕਰਕੇ ਪੰਜਾਬ ਸਰਕਾਰ ਵੀ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਇਸ ਕਰਕੇ ਪਹਿਲੇ ਅਕਤੂਬਰ ਤੋਂ ਹੀ ਝੋਨੇ ਦੀ ਅਸਲ ਖਰੀਦ ਅਮਲ ਸ਼ੁਰੂ ਕਰਨ ਦੇ ਹੁਕਮ ਦਿੱਤੇ ਨੇ ਖੁਰਾਕ ਸਪਲਾਈ ਮੰਤਰੀ ਭਾਰਤ ਪੁਸ਼ਾ ਆਸ਼ੁਨਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦਾਣਾ-ਦਾਣਾ ਖਰੀਦਣ ਲਈ ਵਚਨਬੱਧ ਹੈ ਸਾਰੇ ਅਧਿਆਪਕਾਂ ਦੇ ਸਕੂਲ ਸਟਾਫ ਜਿਨ੍ਹਾਂ ਦੇ ਟੀਕਾ ਨਹੀਂ ਲਾਇਆ ਗਿਆ ਉਹਨਾਂ ਨੂੰ 15 ਅਕਤੂਬਰ ਤੱਕ ਟੀਕਾਕਰਨ ਕਰਵਾਉਣਾ ਜ਼ਰੂਰੀ ਸਿੱਖਿਆ ਡਾਇਰੈਕਟਰ ਨੇ ਵੱਡਾ ਬਿਆਨ ਦੇ ਦਿੱਤਾ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 1500 ਰੁਪਏ ਮਹੀਨਾ ਕਰੋ ਜਮਾ ਮਿਲਣਗੇ 35 ਲੱਖ ਬਾਜ਼ਾਰ ਦੇ ਵਿੱਚ ਆਈ ਨਿਵੇਸ਼ ਆਪਸ਼ਨ ਜਿਸ ਦੇ ਵਿੱਚ ਕਈ ਯੋਜਨਾਵਾਂ ਮਾਰੀ ਰਿਟਰਨ ਅਤੇ ਆਕਰਸ਼ਕ ਹੁੰਦੀ ਹੈ ਹਾਲਾਂਕਿ ਇਹਨਾਂ ਦੇ ਵਿੱਚੋਂ ਕੁਝ ਜੋਖਮ ਵਾਲੇ ਵੀ ਹੁੰਦੇ ਨੇ ਕਾਫੀ ਨਿਵੇਸ਼ ਰਿਟਰਨ ਤੇ ਸੁਰੱਖਤ ਨਿਵੇਸ਼ ਯੋਜਨਾਵਾਂ ਨੂੰ ਪਸੰਦ ਕਰਦੇ ਨੇ ਜੇਕਰ ਤੁਸੀਂ ਵੀ ਘੱਟ ਜੋਖਮ ਵਾਲੇ ਰਿਟਰਨ ਦੇ ਵਿੱਚ ਆਜਾ ਨਿਵੇਸ਼ ਆਪਸ਼ਨ ਤਲਾਸ਼ ਰਹੇ ਹੋ ਤਾਂ ਪੋਸਟ ਆਫਿਸ ਦੀ ਸਕੀਮ ਤੁਹਾਡੇ ਲਈ ਭਾਰਤੀ ਡਾਕ ਦੇ ਵੱਲੋਂ ਦਿੱਤੀ ਗਈ। ਗ੍ਰਾਮ ਸੁਰੱਖਿਆ ਯੋਜਨਾ ਇੱਕ ਅਜਿਹਾ ਜੋਖਮਾਂ ਆਪਸ਼ਨ ਆ ਜਿਸ ਦੇ ਵਿੱਚ ਜੋਖਮ ਘੱਟ ਅਤੇ ਚੰਗਾ ਰਿਟਰਨ ਹੈ ਗ੍ਰਾਮ ਸੁਰੱਖਿਆ ਯੋਜਨਾ ਤਹਿਤ ਬੋਨਸ ਦੇ ਨਾਲ ਸੁਨਿਸ਼ਚਿਤ ਰਕਮ ਅਸਥੀ ਸਾਲ ਦੀ ਉਮਰ ਵਿੱਚ ਪ੍ਰਾਪਤ ਕਰਨ ਜਾਂ ਮੌਤ ਦੀ ਸਥਿਤੀ ਵਿੱਚ ਕਾਨੂੰਨੀ ਨਾਮਣੀ ਨੂੰ ਮਿਲ ਜਾਂਦੀ ਹੈ ਇਹ ਨਿਯਮ ਅਤੇ ਸ਼ਰਤਾ ਇਸ ਪ੍ਰਕਾਰ ਨੇ ਦੀ ਚੈਨਲ ਦੇ ਪਾਈ ਹੋਈ ਸ਼ਾਰਟ ਵੀਡੀਓ ਚ ਦੇਖ ਸਕਦੇ ਹੋ ਬਿਆਦਮੀ ਮਾਮਲੇ ਦੇ ਵਿੱਚ ਡੇਰਾ ਸੌਦਾ ਸਾਧ ਦੇ ਮੁਖੀ ਜਾਂ ਕਿਸੇ ਹੋਰ ਨੂੰ ਨਹੀਂ ਦਿੱਤੀ ਗਈ ਸੀ ਕਲੇਣ ਚਿੱਟ 150 ਪੁਲਿਸ ਨੇ ਵੱਡਾ ਅਧਿਕਾਰਤ ਬਿਆਨ ਦਿੱਤਾ ਹੈ ਪੰਜਾਬ ਪੁਲਿਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਿਰਸਾ ਡੇਰਾ ਸਥਿਤ ਗੁਰਮੀਤ RAM ਰਹੀਮ ਨੂੰ ਕਿਸੇ ਵੀ ਮਾਮਲੇ ਦੇ ਵਿੱਚ ਕੋਈ ਵੀ ਕਲੀਨ ਚਿੱਟ ਨਹੀਂ ਦਿੱਤੀ ਗਈ ਪੰਜਾਬ ਪੁਲਿਸ ਦਾ ਸਪਸ਼ਟਿਕਰਨ ਉਸ ਸਮੇਂ ਆਇਆ ਜਦੋਂ ਡੀਜੀਪੀ ਦੇ ਤੌਰ ਤੇ ਆਈਪੀਐਸ ਸਹੋਤਾ ਦੀ ਨਿਯੁਕਤੀ ਨੂੰ ਲੈ ਕੇ ਰਾਜਨੀਤਿਕ ਪੁਚਾਲ ਆ ਚੁੱਕਿਆ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਸਹੋਤਾ ਦਾ ਨਾਮ ਲਾਇਬਣਾ ਕਿਹਾ ਗਿਆ ਕਿ ਉਹ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਜ਼ਿੰਮੇਵਾਰੀ ਦਿੱਤੀ ਗਈ ਸੀ ਜਿਨ੍ਹਾਂ ਨੇ ਮਾਮਲੇ ਦੇ ਵਿੱਚ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਤੇ ਛੋਟੇ-ਛੋਟੇ ਲੜਕਿਆਂ ਦੇ ਤਸ਼ੱਦਦ ਕੀਤਾ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ